सुंदर सिंह जी। सुंदर सिंह जी, लड़ाई हुई थी कि कुछ बंदे ने हमला करे, क्यों काश किस बात पे हमला होया, की कारण से हमला? था जी चिट्टे वाले का, मैं थोड़ा जिहा उपराला कीता, विरोध कीता उन्हां दा। पिंड च जिहड़े लोग चिट्टा बेचदे सीगे उह मेरे ते औखे होए थोड़े जिहे, क्योंकि मैं पिंड दे जिहड़े चार पंज मुंडे सीगे नशा छुड़ाऊ केंद्र च भर्ती करा चुक्या सीगा, ते इक मेरा वीर जिहड़ा नाल रणवीर रह रिहा इहदा वी मैं छुड़ाता सीगा नशा, वी आ गलत काम नहीं करने, माड़े पासे नहीं जाणा। तो जिहड़े लिया के बेचदे सीगे तस्कर उहनां दे, उहनां नूं इह गल तों मेरे ते दुखी सीगे। कुछ आपां प्रबंधक कमेटी च आ ਬਾਬਾ ਲਾਲਾ ਨੇ ਪੀਰ ਦੇ, ਉੱਥੇ ਜਾਂਦੇ ਹਾਂ ਆਪਾਂ, ਵਧੀਆ ਸੇਵਾ ਕਰ ਰਹੇ ਹਾਂ, ਅਜੇ 9 ਮਹੀਨੇ ਹੋਏ ਨੇ 10, ਜਿੰਨਾ ਗੁਰੂ ਘਰ ਦਾ ਪੈਸਾ ਗੁਰੂ ਘਰ 'ਤੇ ਲਾ ਰਹੇ ਹਾਂ। ਪਹਿਲਾਂ ਉੱਥੇ ਹੁੰਦੀ ਸੀ ਪੋਲੀਟੀਕਲ, ਉਹ ਗੁਰੂ ਘਰ ਦੇ ਪੈਸੇ 'ਤੇ ਕੀਤੀ ਜਾਂਦੀ ਸੀ, ਆਪਾਂ ਉਹ ਕੰਟਰੋਲ ਕਰਤੀ, ਹੁਣ ਸਾਰਾ ਪੈਸਾ ਅੱਜ ਦੀ ਘੜੀ ਆਪਣੇ ਹੱਥ 'ਚ ਆਪਾਂ ਬਾਬੇ ਦੀ ਲਾ ਰਹੇ ਹਾਂ। ਕੁਛ ਕੋ ਖੁੰਤਕਬਾਜ਼ੀ ਲਾ ਲਓ ਜਾਂ ਇਹ ਚਿੱਟਾ ਪੀ ਕੇ ਗੁਰੂ ਘਰ ਸਾਡੇ ਵੀਰਵਾਰ ਭਰਦਾ ਪੂਰਾ, ਬਾਬਾ ਲਾਲਾ ਨੇ ਪੀਰ ਦੇ ਇਹ ਵਿੱਚੇ ਗੇੜੇ ਦਿੰਦੇ ਨੇ, ਕੋਈ ਬੁੜੀ ਨਹੀਂ ਦੇਖਦੇ, ਕੁੜੀ ਨਹੀਂ ਦੇਖਦੇ, ਮੋਢੇ ਮਾਰਦੇ ਫਿਰਦੇ ਆ ਜੀ, ਇਹਨਾਂ ਨੂੰ ਰੋਕਦੇ ਇਹਨਾਂ ਨੂੰ ਤਾਂ ਗੁੱਸਾ, ਪਰ ਗੁਰੂ ਘਰ ਦੇ ਬਾਹਰ ਆ ਕੇ ਵੇਚਦੇ ਆ ਇਹ, ਦਾਰੂ ਪੀਂਦੇ ਆ, ਗਾਲਾਂ ਕੱਢਦੇ ਆ ਉੱਥੇ, ਅਤੇ ਇਹਨਾਂ ਨੂੰ ਮੈਂ ਰੋਕਿਆ ਸੀਗਾ। ਜਾਂ ਜਿਹੜੇ ਮੈਂ ਜਵਾਕ ਛੱਡਿਆ ਉਹਨਾਂ, ਜਿਹਨੂੰ ਜਿਹੜਾ ਮੇਰੇ ਕੋਲ ਆ ਜਾਂਦਾ, ਜਿਹਨਾਂ ਦੀ ਮਾਂ ਆ ਜਾਂਦੀ ਹੈ, ਪੁੱਤ ਮੇਰੇ ਜਵਾਕ ਨੂੰ ਛੱਡਿਆ ਫੌਜੀਆਂ, ਮੈਂ ਛੱਡਿਆ ਉਹਨਾਂ, ਇਹ ਮੈਨੂੰ ਉੱਦਣ ਦੇ ਕਹਿ ਰਹੇ, ਕਹਿੰਦੇ ਤੈਨੂੰ ਜਾਨੋ ਮਾਰਨਾ, ਜਾਨੋ ਮਾਰਨਾ। ਫਿਰ ਆ ਗਏ 30 ਤਰੀਕ ਵਾਲੇ ਦਿਨ, ਇੱਕ ਤਾਂ ਅਮਨਦੀਪ ਸਿੰਘ ਕੋਥੀ ਆ ਜੀ, ਕਪਿਆਲੀਆ ਕਹਿ ਦਿੰਦੇ ਉਹਨੂੰ, ਕਪਿਆਲੀਆਂ ਦਾ ਮੁੰਡਾ, ਇੱਕ ਕਾਲਾ ਸਿੰਘ ਭੂੰਡੀ ਆ ਜੀ, ਇੱਕ ਲਾਡੀ ਹੈ, ਇੱਕ ਗੇਲੂ ਹੈ, ਅਤੇ ਇਹ ਚਾਰ ਬੰਦਿਆਂ ਨੂੰ ਤਾਂ ਪ੍ਰੋਪਰੀ, ਇੱਕ ਇਹਨਾਂ ਨੂੰ ਚੱਲ ਆ ਉਹਨੂੰ ਮੈਂ ਚਿੱਟੇ ਦੇ ਵਿੱਚ ਤਾਂ ਕਹਿ ਨਹੀਂ ਸਕਦਾ, ਉਹਨੇ ਕਹੀ ਲਿਆ ਕੇ ਫੜਾਈ ਆ ਇਹਨਾਂ ਨੂੰ, ਵੀ ਇਹਨਾਂ ਦੇ ਕਹੀ ਮਾਰ ਫੌਜੀ ਨੂੰ ਵੜ ਦਿਓ, ਕਹਿੰਦਾ ਹਜੇ। ਅਤੇ ਪੁਲਿਸ ਤਾਂ ਜੀ ਬਿਆਨ ਲੈ ਗਈ ਆ, ਉਦੋਂ ਬਾਅਦ ਕੋਈ ਕਾਰਵਾਈ ਨਹੀਂ ਹੈਗੀ ਜੀ। ਹਾਂਜੀ, ਉਹ ਬੰਦੇ ਅੱਜ ਵੀ ਲਲਕਰੇ ਮਾਰਦੇ ਫਿਰਦੇ ਆ, ਸਾਡਾ ਕੀ ਕਰ ਲਿਆ ਰਗੜ 'ਤੇ, ਕਹਿੰਦਾ ਕੋਈ ਹੋਰ ਆਵਾਜ਼ ਚੱਕੂ, ਕਹਿੰਦਾ ਉਹਦਾ ਵੀ ਹਾਲ ਹੀ ਕਰਾਂਗੇ। ਮੇਰਾ ਰਣਵੀਰ ਸਿੰਘ ਹੈ। ਕਹਾਣੀ ਸੀ ਜੀ, ਇਹਦੇ ਗੇਟ ਗੂਟ ਖੜਕਾਏ ਨੇ ਵੀ ਭਰਾ ਦੇ ਜੀ, ਉਹਨਾਂ ਨੇ ਘਰ ਆਏ ਨੇ ਇਹਨੂੰ ਮਾਰ ਕੁੱਟਣ ਦੇ ਲਈ, ਚਲੋ ਵੀ ਮੈਂ ਬਚਾਉਣ ਦੇ ਲਈ ਚਲਿਆ ਗਿਆ ਜੀ ਕੋਲ ਸੀਗਾ ਮੈਂ, ਅਤੇ ਫਿਰ ਉਹਨਾਂ ਮੇਰੇ ਵੱਲ ਵੀ ਪੈ ਗਏ ਜੀ, ਮੈਨੂੰ ਵੀ ਮਾਰ, ਮੇਰੇ ਨਾਲ ਵੀ ਮਾਰ ਕੁੱਟ ਹੋਈ ਹੈ, ਉਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਆ ਜੀ, ਬਸ ਜਿਵੇਂ ਵੀ ਹੈ ਭਾਈ ਕੁਛ ਹੋਇਆ ਜੀ। ਪੁਲਿਸ ਆਈ ਸੀ, ਬਿਆਨ ਲੈ ਗਈ ਹੈ ਜੀ, ਬਸ ਉਹ ਤੋਂ ਅੱਗੇ ਤਾਂ ਕੋਈ ਕਾਰਵਾਈ ਨਹੀਂ ਹੋਈ ਫਿਲਹਾਲ ਜੀ। ਅਤੇ ਉਹ ਸਰ ਸਾਨੂੰ ਹਸਪਤਾਲ ਕੌਰੀਆਂ ਗਏ ਹਾਂ ਜੀ, ਉੱਥੇ ਵੀ ਸਾਨੂੰ ਕਿਸੇ ਨੇ ਐਡਮਿਟ ਨਹੀਂ ਕਰਿਆ ਹੈਗਾ ਜੀ, ਅਤੇ ਫਿਰ ਸੁਨਾਮ ਗਏ, ਸੁਨਾਮ ਨੇ ਐਡਮਿਟ ਕੀਤਾ, ਫਿਰ ਅਸੀਂ ਇੱਥੇ ਆਏ ਹਾਂ ਸੰਗਰੂਰ ਜੀ। ਕਾਰਨ ਕੀ ਕਹਿ ਸਕਦੇ ਜੀ, ਹੁਣ ਕਰੇ ਹੋਣੇ ਫੋਨ ਫਾਨ ਜੀ, ਉਹ ਪਾਵਰ ਤਾਂ ਉਹਨਾਂ ਦੀ ਵੀ ਹੈ ਜੀ। ਹਾਂਜੀ, ਜਿਹੜੇ ਸਾਨੂੰ ਇਸ ਤਰ੍ਹਾਂ ਘਰ ਆ ਕੇ ਮਾਰ ਸਕਦੇ ਨੇ, ਕੋਈ ਇਸ ਤਰ੍ਹਾਂ ਦੇ ਬੰਦੇ ਹੋ ਤਾਂ ਬਹੁਤ 19 ਦਾ ਹੋ ਨਹੀਂ ਸਕਦੇ ਜੀ, ਜੇ ਕਿਸੇ ਦੀ ਸ਼ਹਿਬਾਜ਼ੀ ਆ, ਕਿਸੇ ਦੀ ਪਾਵਰ ਆ, ਤਾਂ ਹੀ ਘਰ ਆਏ ਨੇ ਜੀ, ਨਹੀਂ ਐਵੇਂ ਕਿਸੇ ਦੀ ਕੀ ਹਿੰਮਤ ਕਰੀ। ਨਸ਼ੇ ਦੀ ਵਿਰੋਧਤਾ ਕੀਤੀ ਹੈ ਜੀ ਅਸੀਂ ਨੇ, ਖੁਦ ਮੈਂ ਰਿਹਾਬ ਹੋਇਆ ਹੋਇਆ, ਅਤੇ ਬਾਕੀ ਹੋਰ ਮੁੰਡੇ ਨੇ ਜਿਹੜੇ ਘਰ ਦਾ ਸੈਂਟਰ 'ਚ ਛੱਡੇ ਹੋਏ ਨੇ, 4-5 ਮੁੰਡੇ ਜੀ ਸਾਡੇ ਪਿੰਡ ਦੇ ਗਰੀਬ ਘਰਾਂ ਦੇ, ਉਹਨਾਂ ਦੀਆਂ ਮਾਵਾਂ ਆਈਆਂ ਨੇ ਵੀਰੇ ਕੋਲ, ਉਹ ਛੱਡ ਕੇ ਆਏ ਨੇ, ਉਹ ਸਾਡੇ ਨਾਲ ਨੇ ਗੇ ਜੀ। ਅਸੀਂ ਤਾਂ ਚਲੋ ਚੰਗਾ ਕੰਮ ਹੀ ਸੀਗਾ ਜੀ, ਕਿਉਂਕਿ ਜਿਹੜਾ ਬੰਦਾ ਜਿਸ ਦਲਦਲ 'ਚੋਂ ਨਿਕਲਿਆ ਹੁੰਦਾ, ਉਸ ਦਲਦਲ ਬਾਰੇ ਉਹਨੂੰ ਪਤਾ ਹੁੰਦਾ ਜੀ, ਉਹਦੇ ਹਾਲਾਤ ਗੁਜ਼ਰਿਆ ਹੁੰਦਾ ਜਿਹੜੇ ਲਾਈਨ 'ਚੋਂ ਬੰਦਾ ਜੀ, ਤਾਂ ਕਰਕੇ ਆਪਾਂ ਤਾਂ ਉਸ ਟਾਈਮ ਨਾਲ ਖੜੇ ਸੀ ਜੀ ਬਾਈ ਦੇ। ਅਤੇ ਬਾਕੀ ਅੱਗੇ ਦੇਖੋ ਜੀ ਕੀ ਪ੍ਰਸ਼ਾਸਨ ਕਰਦਾ, ਕੀ ਸਰਕਾਰ ਕਰਦੀ। ਰਾਜਵੰਤ ਕੌਰ। ਰਾਜਵੰਤ ਜੀ, ਮੁੰਡੇ 'ਤੇ ਹਮਲਾ ਹੁੰਦਾ, ਪੁਲਿਸ ਕਹਿੰਦੇ ਕੋਈ ਕਾਰਵਾਈ ਨਹੀਂ ਹੁੰਦੀ, ਕੀ ਕਹਿਣਾ ਚਾਹੁੰਦੇ? ਮੈਂ ਇਨਸਾਫ ਚਾਹੁੰਦੀ ਹਾਂ ਜੀ, ਹਾਲ ਤੱਕ ਮੇਰੇ ਬੱਚੇ 'ਤੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਖਿਲਾਫ਼। ਉਹ ਤਾਂ ਹੁਣ ਬਾਹਰ ਫਿਰਦੇ ਨੇ, ਲਲਕਰੇ ਮਾਰਦੇ ਨੇ, ਥਾਪੀਆਂ ਵੀ ਦਿੱਤੀਆਂ ਨੇ, ਪਾਰਟੀਆਂ ਵੀ ਕਰੀਆਂ ਨੇ ਉਹਨਾਂ ਨੇ, ਵੀ ਵਧੀਆ ਫੌਜੀ ਚੱਕਤਾ, ਬਹੁਤ ਕੁਛ ਕਰ ਰਹੇ ਨੇਗੇ ਉਹ, ਪਰ ਸਾਨੂੰ ਅੰਦਰੋਂ ਐਂ ਨਹੀਂ ਪਤਾ ਸੀ, ਸਾਡੇ ਨਾਲ ਮਿਲੇ ਜੋਲੇ ਹੋਏ ਤਾਂ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਸਾਡੇ ਨਾਲ ਹੀ ਧੋਖਾ ਕਰ ਜਾਣਗੇ, ਕਿਉਂ ਮੇਰੇ ਬੱਚੇ ਨੇ ਅੱਜ ਤੱਕ ਕਿਸੇ ਦਾ ਮਾੜਾ ਕੀਤਾ ਨਹੀਂ ਹੈਗਾ, ਇਹਦੇ ਨਾਲ ਵੀ ਖੜਦੇ, ਅਤੇ ਇਹਦੇ ਨਾਲ ਦੀਵਾਲੀ ਵਾਲੇ ਦਿਨ ਬੰਬ ਵੀ ਵਜਾਏ ਨੇ ਕੋਠੇ 'ਤੇ, ਮੇਰੇ ਕੋਠੇ 'ਤੇ ਚੜ੍ਹ ਕੇ ਉੱਪਰ ਵਜਾਏ ਨੇਗੇ, ਹਾਂ ਗਵਾਂਢੀ ਨੇ ਸਾਡੇ ਨੇ, ਹੁਣ ਉਹੀ ਨਾਲ ਕੁੱਟਣ 'ਚ ਸੀਗਾ। ਹਾਂਜੀ, ਹਾਂਜੀ, ਇਹ ਉਹਨਾਂ ਤੱਕ ਤਾਂ ਗੱਲ ਨਹੀਂ ਪਹੁੰਚੀ ਸੀ ਜੀ, ਅੱਜ ਗੱਲ ਪਹੁੰਚੀ ਹੈਗੀ, ਹੁਣ ਦੇਖੋ ਜੀ ਕੀ ਕਾਰਵਾਈ ਹੁੰਦੀ ਹੈ। ਹੁਣ ਗੁੜੀਆ ਨੇ ਸਾਡੀ ਨੇ ਨਰਿੰਦਰ ਬਰਾਜ ਸਾਡੀ ਮਾਸੀ ਜੀ ਦੀ ਪੋਤੀ ਹੈ, ਉਹਨਾਂ ਨੇ ਹੁਣ ਫੋਨ ਕਰੇ ਨੇ, ਹਾਂਜੀ ਹੁਣ ਦੇਖੋ ਕੀ ਬਣਦਾ ਹੈਗਾ, ਹੁਣ ਇਹ ਡਾਕਟਰ ਆ ਕੇ ਵੀ ਗਏ ਨੇਗੇ, ਮੇਰੇ ਬੱਚੇ ਦੀ ਕੋਈ ਪਹਿਲਾਂ ਹੋਣੀ ਹੋਈ ਹੈਗੀ, ਸੁਣਵਾਈ ਨਹੀਂ ਹੋਈ ਹੈਗੀ, ਆਹ ਬੈਠਾ ਹੈਗਾ ਦੇਖੋ ਮੂੰਹ ਸਿਰ ਇਨਫੈਕਸ਼ਨ ਕਿੰਨੀ ਫੈਲੀ ਪਈ ਹੈਗੀ, ਮੰਗ ਇਨਸਾਫ ਦੀ ਹੈ ਜੀ ਮੈਨੂੰ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ 'ਤੇ, ਕੋਈ ਨਾ ਕਿ ਅੱਗੇ ਵਾਸਤੇ ਕੋਈ ਸਾਡੇ ਪਿੰਡ 'ਚ ਚਿੱਟਾ ਨਾ ਆਵੇ।
हाँ जी बिल्कुल सिंह जी, ये जिहड़ा एक गुजरा पिंड का जिहड़ा मामला हैगा जी, हाँ जी, जिहड़ा रिटायर्ड फौजी नूं कुटमार कीती गई, हाँ जी हाँ जी, किन्ने व्यक्तियों नाल कुटमार हुई है, ये की मामला सी जी, पूरी जानकारी। ਇਹ ਇੱਕ ਹਰਵਿੰਦਰ ਸਿੰਘ ਹੈ ਜੀ, ਉੱਥੇ ਧਾਲੀਵਾਲ ਪੱਤੀ ਗੁਜਰਾਂ ਦਾ ਰਹਿਣ ਵਾਲਾ ਹੈ, ਅਤੇ ਇਹ ਮਤਲਬ ਇੱਕ ਗੁਰਦੁਆਰੇ ਦਾ ਸੈਕਟਰੀ ਵੀ ਹੈ ਉੱਥੇ, ਲਾਲਾਂ ਵਾਲੇ ਗੁਰਦੁਆਰੇ ਦਾ, ਉੱਥੇ ਨਸ਼ਾ ਸੰਬੰਧੀ ਮਾੜਾ ਮੋਟਾ ਇਹ ਬਣੀ ਵਧੀਆ ਵਿਚਾਰ ਰੱਖਣ ਵਾਲਾ ਬੰਦਾ, ਕੁਛ ਬੰਦਿਆਂ ਨੇ ਪਿੰਡ ਦਿਆਂ ਨੇ ਪਾਰਟੀਬਾਜ਼ੀ ਲਾ ਲਓ ਗਰੁੱਪਬਾਜ਼ੀ ਲਾ ਲਓ, ਉਹਦੇ ਕਾਰਨ ਇਹਨਾਂ ਜਦੋਂ ਮੈਂ ਉਹ ਤੋਂ ਬਾਅਦ ਇਹਦੀ ਕੁੱਟਮਾਰ ਵੀ ਹੋਈ ਹੈ, ਜਿਹੜਾ ਅਜੇ ਵੀ ਦਾਖਲ ਹੈ ਜਿਹਦੇ ਨਾਲ, ਅਤੇ ਉਹਦੀ ਕੁੱਟਮਾਰ ਦੇ ਸੱਟਾਂ ਦੇ ਸੰਬੰਧੀ ਅਜੇ ਮੁਕੱਦਮਾ ਨੰਬਰ 135 ਦਰਜ ਹੋ ਗਿਆ ਜੀ, ਅਤੇ ਅਜੇ ਉਹਦੀ ਉਹ ਇੰਜਰੀ ਡਿਕਲੇਅਰ ਕਰਾਉਣੀ ਬਾਕੀ ਹੈ, ਜੇ ਜੁਰਮ ਦਾ ਵਾਧਾ ਘਾਟਾ ਹੋਊਗਾ ਉਹ ਵੀ ਕੀਤਾ ਜਾਊਗਾ। ਜਿਹਦੀ ਸੱਟਾਂ ਲੱਗੀ ਉਹ ਦਾਖਲ ਲਈ ਹੋਰ ਦਾਖਲ ਉਹਦੀ ਕੱਲ੍ਹ ਉਹ ਹੋਣੀ ਸੀਗਾ ਜੀ, ਆਪਰੇਸ਼ਨ ਹੋਣਾ ਸੀ, ਉਹ ਕਹਿੰਦੇ ਫ੍ਰੈਕਚਰ ਹੈ ਬਾਂਹ ਦੇ ਵਿੱਚ, ਸੰਗਰੂਰ ਜੀ ਸਰਕਾਰੀ ਹਸਪਤਾਲ, ਕਿੰਨੇ ਬੰਦੇ ਦੇ ਸੱਟਾਂ ਲੱਗੀਆਂ? ਇਹ ਇੱਕੋ ਹੀ ਬੰਦਾ ਹੈ ਜੀ, ਹਰਵਿੰਦਰ ਸਿੰਘ ਹੈ। ਕੀ ਫਿਰ ਇਹ ਮਾਮਲਾ ਦਰਜ ਕੀਤਾ ਗਿਆ, ਕਿਹੜੇ ਕਿਹੜੇ ਧਾਰਾਵਾਂ ਦਾ ਹੈ? ਇਹ ਧਾਰਾ ਲਾਤੀ ਜੀ ਇਹਦੇ, 323 41 341 506 148 149 ਇਹੀ ਬਣਦੀਆਂ ਨੇ, ਜੇ ਉਹਦੇ ਕੋਈ ਫ੍ਰੈਕਚਰ ਵਗੈਰਾ ਆਉਂਦੀ ਹੈ ਤਾਂ 325 ਦਾ ਵਾਧਾ ਕੀਤਾ ਜਾਊਗਾ ਜੀ। ਬਾਈ ਨੇ ਪਰਚਾ ਦਰਜ ਕੀਤਾ? ਬਿਲਕੁਲ ਜੀ, ਚਾਰ ਬੰਦੇ ਦੇ ਬਾਈ ਨੇ ਪਰਚਾ ਹੈ, ਕੁਛ ਅਣ ਪਛਾਤੇ ਨੇ। ਅਤੇ ਹੁਣ ਕਿਸ ਤਰ੍ਹਾਂ ਦੀ ਤਫਤੀਸ਼ ਜਿਹੜੀ ਚੱਲ ਰਹੀ ਹੈ ਜੀ, ਦੋਸ਼ੀਆਂ ਨੂੰ ਜਿਹੜਾ ਹੈਗਾ ਫੜਨ ਦੀ? ਇਹ ਹਾਂ ਜੀ, ਉਹਦੇ ਵਿੱਚ ਅਸੀਂ ਮੈਂ ਤਾਂ ਵੇਟ ਕਰਦਾ ਸੀ ਵੀ ਜੇ ਇਹਨਾਂ ਦਾ ਜੁਰਮ 'ਚ ਜੋ ਵਾਧਾ ਹੋਣਾ, ਜੇ ਉਹਦੀ ਇੰਜਰੀ ਡਿਕਲੇਅਰ ਵਾਰੀ ਵਾਰੀ ਰੈਸਟ ਪਾਉਣ ਨਾਲੋਂ ਇੱਕੋ ਵਾਰੀ ਕੰਮ ਨਿਬੜ ਜਾਂਦਾ ਹੈ, ਉਹ ਤੋਂ ਬਾਅਦ ਚਲਾਣ ਦੇ ਕੇ ਜੋ ਕੋਰਟ ਦੇ ਵਿੱਚ ਹੋਊਗਾ ਫੈਸਲਾ ਹੋਊਗਾ। ਜਿੱਦਾਂ ਜਿਹੜੇ ਵਿਅਕਤੀ ਦੇ ਸੱਟਾਂ ਲੱਗੇ ਨੇ ਉਹਨਾਂ ਦਾ ਕਹਿਣਾ ਕਿ ਜਿਹੜਾ ਹੈਗਾ ਉੱਥੇ ਇਹ ਨਸ਼ੇ ਦਾ ਕੰਮ ਕਰਦੇ ਨੇ ਵੀ ਇਸ ਕਰਕੇ? ਇਹ ਨਸ਼ਾ ਕਰਦੇ ਨੇ ਜੀ, ਨਸ਼ਾ ਨਸ਼ੇ ਦਾ ਕੰਮ ਹੋਰ ਚੀਜ਼ ਹੈ, ਨਸ਼ਾ ਕਰਨਾ ਹੋਰ ਚੀਜ਼ ਹੈ, ਨਸ਼ੇ ਵਗੈਰਾ ਚਲੋ ਕਰਦੇ ਨੇ, ਉਹ ਰੋਕਦਾ ਸੀ ਤੁਸੀਂ ਨਸ਼ੇ ਪੱਤੇ ਨਾ ਕਰੋ, ਚਲੋ ਸਿਆਣੀ ਸਲਾਹ ਦਿੰਦਾ ਸੀ ਬੰਦਾ, ਪਰ ਕਈ ਇਹਨੂੰ ਜਿਹੜੇ ਨਸ਼ੇੜੀ ਲੋਕ ਹੁੰਦੇ ਨੇ ਉਹ ਨਹੀਂ ਹਜਮ ਆਉਂਦੀ ਇਹ ਚੀਜ਼, ਉਹਨਾਂ ਨੇ ਇਹ ਕੰਮ ਕਰਨਾ ਜੀ।